يا
ಮನಾ
ਅੱਗੇ ਅਰਦਾਸ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰ ਨਾਨਕਾ ਨਿਤਾਏ ਸਭ ਥਾਈ ਹੋਏ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਜੀ ਕੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਚੱਕਿਆ ਦੀਪ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਚਿਰਖੜੀਆਂ ਤੇ ਚੜੇ ਲੰਬੀਆਂ ਨਾ ਭੁਕਰੀਆਂ ਦਵਾਈਆਂ ਤਨਵਾਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਆਪਣੇ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਖਾਲਸੇ ਜੀ ਕੇ ਗੁਰ ਵਾਲੇ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਮੁਬਾਰਕ ਪਵਿੱਤਰ ਚਰਨਾਂ ਵਿੱਚ ਸੇਵਕ ਪਰਿਵਾਰ ਅਤੇ ਦਾਤੇ ਹਾਜ਼ਰ ਸਮੂਹ ਸਾਧ ਸੰਗਤ ਦੇ ਅਰਦਾਸ ਬੇਨਤੀ ਜੋਦਰੀ ਹੈ ਸੱਚੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਜੀ ਮਹਾਂਵਾਤਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਅੰਤ ਸੇਵਕ ਸਰਦਾਰਨੀ ਅਤੇ ਸਰਦਾਰ ਭਾਈ ਗੁਰਮੇਜ ਸਿੰਘ ਸਨ ਭਾਈ ਮੂਰਖ ਸਿੰਘ ਜੀ ਸਮੂਹ ਪਰਿਵਾਰ ਨੇ ਮਿਲ ਜੁਲ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ੀ ਕੀਤੀਆਂ ਦਾਤਾਂ ਦਾ ਧੰਨਵਾਦ ਕਰਦਿਆਂ ਸ਼ੁਕਰਾਨਾ ਕਰਦਿਆਂ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਚੜ੍ਹਦੀ ਕਲਾ ਵਾਸਤੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਪਰਸੋਂ ਰੋਜ ਤੋਂ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ ਚਿੰਨ ਸਗਲੀ ਚਿੰਤਨ ਕਾਈ ਜੀ ਦੇ ਪਵਿੱਤਰ ਸ਼੍ਰੀ ਖੰਡ ਜਾ ਪ੍ਰਾਰੰਭ ਕਰਵਾਏ ਗਏ ਸਨ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦਾ ਸਤਿਕਾਰ ਰੱਖੇ ਗਏ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ ਆਪ ਜੀ ਦੇ ਹਜ਼ੂਰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਜੀ ਦੀ ਅਰਦਾਸ ਹੈ ਜੀ ਵਾਰਕਾਟ ਵਿੱਚ ਆਪ ਸਹਾਈ ਹੋਣਾ ਅੱਗੇ ਤੋਂ ਸ਼ੁੱਧ ਚ ਸਪਸ਼ਟ ਬਾਣੀ ਪੜ੍ਹਨ ਦੀ ਸਮਝ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਪਰੀ ਸੁਣੀ ਬਾਣੀ ਦਾ ਭਾਵ ਸੇਵਕ ਪਰਿਵਾਰ ਨੂੰ ਬਖਸ਼ ਕੇ ਨਿਹਾਲੋ ਨਿਹਾਲ ਕਰਨਾ ਜਿੱਥੇ ਆਪ ਜੀ ਦੇ ਸੇਵਕ ਅਰਾਧਨ ਇੱਥੇ ਸਹਾਈ ਹੋਣਾ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੇਵਕ ਪਰਿਵਾਰ ਵੱਲੋਂ ਸੁੰਦਰ ਮਾਲਾ ਸਾਹਿਬ ਭੇਟਾ ਹੋਇਆ ਹੈ ਆਪ ਜੀ ਨੇ ਅੰਗੀਕਾਰ ਕੀਤਾ ਹੈ ਸੱਚੇ ਪਾਤਸ਼ਾਹ ਜੀ ਇਜ਼ਤ ਪਾਤ ਬਖਸ਼ਿਸ਼ ਕਰਨੀ ਜਿੱਥਾ ਭੇਟਾ ਹਾਜ਼ਰ ਹੋਈ ਹੈ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਹੈ ਸੋ ਖਜ਼ਾਨੇ ਭੁਲਾਰੇ ਭਰਪੂਰ ਰੱਖਣੇ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਭੋਗ ਲੱਗੇ ਭੋਗ ਲੱਗਾ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਜੋ ਜੀ ਛਕੇ ਸੋ ਆਪ ਜੀ ਕਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਜਾਪ ਜਪੇ ਭਲਾ ਆਪ ਜੀ ਕੀ ਵਰਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਲੰਗਰ ਪ੍ਰਸ਼ਾਦ ਸਜ ਕੇ ਹਾਜ਼ਰ ਹੈ ਅਤੁੱਟ ਭੰਡਾਰੇ ਵਰਤਣ ਕਿਸੇ ਚੀਜ਼ ਦੀ ਥੁਰ ਕਮੀ ਨਾ ਆਵੇ ਸੇਵਕਾਂ ਦਾ ਨਾਮ ਕੜਦਾ ਰੱਖਣਾ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਸਰਬੱਤ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਪਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁਲ ਕੇ ਟਲ ਸਵਾਵਾਂ ਆਪਣੇ ਸਤਰ ਤੇ ਪ੍ਰਵਾਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ
ਹੁਣ ਕਰੋ ਕਿਰਪਾ ਆਪਣੇ ਪਵਿੱਤਰ ਦਰ ਤੋਂ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣੇ ਜਿਨ ਮਿਲਿਆ ਆਪ ਜੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਲਗ ਜਗਰਾ ਕੀ ਦੇਹ ਜੋ ਪ੍ਰਭ ਕੋ ਮਿਲ ਸਕੈ ਕੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਸਾਡਾ ਪਿੰਡ ਟਿੱਕਾ
ਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਨੇ ਆ ਯਾ ਤਾਂ ਗਲ ਲੱਗ ਜਾਂਦੇ ਆ ਯਾ ਫਿਰ ਗਲ ਪੈਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਨੇ ਆ खड़ी मुटे यार देख टॉप दा शिंगार देख जट्टा वार वार देख जट्टी एक नंबर है टोर टोर कड़ने नू सारिया चुप बने नू जट्टी एक नंबर है वे जट्टी एक नंबर है हो जट दा प्यार देख नाल खड़े यार देख कम वार वार देख जट एक नंबर है थोड़ा नखरा वे रख रख तुर दी अड्डियां तो पहुंचे जट्टी चक चक तुर दी हो बैलियां दी अड़ी बिलो पट पट रख दा मुच्छा वाले सिरे जट वट वट रख दा अख बिलो राल देख विक्की ताली वाल देख मुच्छ दा सवाल देख जट एक नंबर है टोर टोर कड़नी नू सारियां चुप बने नू जट्टी एक नंबर है वे जट्टी एक नंबर है हो जट दा प्यार देख नाल खड़े यार देख कम वार वार देख जट एक नंबर है टोर टोर कड़नी
ਵਿੱਚੋਂ ਮਿੱਠਾ ਮਿੱਠਾ ਥੋੜੇ ਆਉਂਦਾ ਜੱਟ ਨੂੰ ਪਿਆਰ ਤੇਰਾ ਸੱਚੀ ਬਿੱਲੋਂ ਬਹੁਤ ਆਉਂਦਾ ਦੋਵਾਂ ਪਾਸੇ ਲੱਗੇ ਮੈਨੂੰ ਸੇਮ ਸੇਮ ਗੱਲ ਵੇ ਸੂਟਾਂ ਤੋਂ ਪਿਆਰਾ ਜੱਟਾਂ ਲੱਗੀ ਅੱਜ ਕੱਲ ਵੇ ਆਈਬ੍ਰੋ ਦੀ ਧਾਰ ਦੇਖ ਸ਼ੇਡ ਵਿੱਚੋਂ ਮਾਰ ਦੇਖ ਜਾਂਦੀ ਸੀ ਨਿਠਾਰ ਦੇਖ ਜੱਟੀ ਇੱਕ ਨੰਬਰ ਹੈ ਟੋਰ ਟੂਰ ਕੱਢਣੀ ਨੂੰ ਸਾਰੀਆਂ ਚ ਫੱਬਣੇ ਨੂੰ ਜੱਟੀ ਇੱਕ ਨੰਬਰ ਹੈ ਵੇ ਜੱਟੀ ਇੱਕ ਨੰਬਰ ਹੈ ਉਹ ਜੱਟ ਦਾ ਪਿਆਰ ਦੇਖ ਨਾਲ ਖੜਿਆਰ ਦੇਖ ਕੰਮ ਮਾਰ ਵਾਰ ਦੇਖ ਜੱਟ ਇੱਕ ਨੰਬਰ ਹੈ ਸ਼੍ਰੀ ਜੇ ਰੂਪ ਨਸਲਾਂ ਹੋ ਕੇ ਜਾਂਦੀਆਂ ਮੱਲੋ ਮੱਲੀ ਕੱਚ ਨੇ ਹਵਾਵਾਂ ਹੋ ਕੇ ਜਾਂਦੀਆਂ ਨਾਗਾਂ ਨੂੰ ਵੀ ਹੋ ਜੇ ਸਟ੍ਰੈਸ ਉਦੋਂ ਨਖਰੋ ਨਾਗ ਜਿਹੀ ਗੁੱਤ ਜਦੋਂ ਨਾਗ ਵਲ ਖਾਂਦੀ ਆ ਪੀ ਕੇ ਉੱਤੇ ਯਾਰ ਦੇਖ ਪੂਰੀ ਨਿਗਾਹ ਮਾਰ ਦੇਖ ਬਿੱਲੋ ਇੱਕ ਸਾਰ ਦੇਖ ਜੱਟ ਇੱਕ ਨੰਬਰ ਹੈ ਟੋਰ ਟੂਰ ਕੱਢਣੀ ਨੂੰ ਸਾਰੀਆਂ ਚ ਫੱਬਣੇ ਨੂੰ ਜੱਟੀ ਇੱਕ ਨੰਬਰ ਹੈ ਵੇ ਜੱਟੀ ਇੱਕ ਨੰਬਰ ਹੈ ਉਹ ਜੱਟ ਦਾ ਪਿਆਰ ਦੇਖ ਨਾਲ ਖੜਿਆਰ ਦੇਖ ਕੰਮ ਮਾਰ ਵਾਰ ਦੇਖ ਜੱਟ ਇੱਕ ਨੰਬਰ Yeah.
ਉਸ ਅਸ਼ਟਾਵਕਰ ਜਿਹੜਾ ਸਾਧੂ ਸੀ ਉਹਨੂੰ ਆਖਣ ਲੱਗਾ ਵੀ ਮੈਂ ਤੈਨੂੰ ਮੰਨ ਦਿੱਤਾ। ਕਹਿੰਦਾ ਠੀਕ ਹੈ ਭਰਾ ਜਾ, ਲਿਆ ਘੋੜਾ। ਕਹਿੰਦੇ ਘੋੜਾ ਲਿਆਂਦਾ। ਜਦੋਂ ਘੋੜਾ ਲਿਆਂਦਾ ਤੇ ਰਾਜੇ ਨੂੰ ਅਸ਼ਟਾ ਕਹਿੰਦੇ ਜਦੋਂ ਪੈਰ ਰੱਖਣ ਲੱਗਾ ਤੇ ਅਸ਼ਟਾਵਕਰ ਕਹਿੰਦਾ ਖਲੋ ਜਾ, ਫਿਰ ਖਲੋ ਗਿਆ। ਫਿਰ ਆਂਦਾ ਰਾਜੇ ਇਹ ਤੇਰਾ ਮਨ ਨਹੀਂ ਰਿਹਾ ਕਿਉਂਕਿ ਤੂੰ ਮੈਨੂੰ ਮਨ ਦੇ ਚੁੱਕਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਮਨ ਵੇਚੇ ਸਤਿਗੁਰੂ ਕੇ ਪਾਸ ਤੇ ਸਿਰ ਤੇ ਸਿਰ ਕੇ ਕਾਜ। ਜਿੰਨਾ ਚਿਰ ਅਸੀਂ ਮਨ ਨਹੀਂ ਨਾ ਦਿੰਦੇ ਗੁਰੂ ਨੂੰ ਉਹਨਾਂ ਚਿਰ ਗੱਲ ਨਹੀਂ ਬਣਨੀ। ਭਾਵੇਂ ਅਸੀਂ ਧੰਨ ਕਰਕੇ ਅਸੀਂ ਬੈਠੇ ਹਾਂ, ਪਰ ਮਨ ਕਰਕੇ ਜਿਹੜਾ ਮਨ ਕਰ ਸਾਰੇ ਸਮਝਣ ਤੇ ਸਿਰ ਕੇ ਕਾਜ ਗੁਰੂ ਦੇ ਨਾਲ ਸਵਾਲ ਹੁੰਦਾ। ਇਸ ਕਰਕੇ ਸੁਣਦਾ ਇਹਨੂੰ ਕੋਈ ਸੁਣਾਉਂਦੇ ਸਾਰੇ ਆ ਸੁਣ ਲਓ ਕੋਈ ਪਿਆ ਪਾਤਸ਼ਾਹ ਦੇ ਸੁਣ ਐ ਦੁੱਖ ਪਾਪ ਦਾ ਨਾਸ। ਸੁਣਨ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ। ਇਹ ਸੱਚਿਆਂ ਦੀ ਬਾਣੀ। ਜਦੋਂ ਅਸੀਂ ਬੜੇ ਪ੍ਰੇਮ ਦੇ ਨਾਲ ਗੁਰੂ ਦੀ ਬਾਣੀ ਸਰਵਣ ਕਰਾਂਗੇ ਤੇ ਪਾਤਸ਼ਾਹ ਕਹਿੰਦੇ ਦੁੱਖਾਂ ਤੇ ਪਾਪਾਂ ਨੇ ਨਾਲ ਲੈ ਕੇ ਆਏ। ਉੱਨੀ ਪਾਪੀ ਆਖਣ ਨਾਇਕ ਕਰ ਕਰਨਾ ਲਿਖ ਲੈ ਕਰਾਂਗੇ ਉਹਦਾ ਲੇਖਾ ਦੇਣਾ ਪੈਣਾ। ਜੇ ਪੁੰਨ ਕਰਾਂਗੇ ਤੇ ਉਹਦਾ ਫਲ ਮਿਲਣਾ। ਤੇ ਆ ਜਿਹੜਾ ਤੁਸੀਂ ਸਭ ਤੋਂ ਵੱਡਾ ਪੁੰਨ ਆ ਜਿਹੜਾ ਕਰ ਰਹੇ ਹੋ ਨਾ ਜਿਹੜੇ ਸੁਣ ਰਹੇ ਹੋ। ਬਸ ਕਿਰਤ ਕਰਕੇ ਮਨ ਕਰਕੇ ਜਦੋਂ ਆਪਾਂ ਸੇਵਾ ਸੇਵਨ ਕਰਾਂਗੇ ਤੇ ਸਾਡੇ ਤਨ ਦੇ ਜਿਹੜੇ ਅਨੇਕਾਂ ਹੀ ਰੋਗ ਜਿਹੜੇ ਹਨ ਦੂਰ ਹੋ ਜਾਂਦੇ। ਅਨੇਕਾਂ ਹੀ ਸਰਬ ਰੋਗ ਕਾ ਮੁਖ ਜਿੱਥੇ ਕੋਈ ਵੀ ਡਰ ਸੇਵਨ ਕਰ ਗੁਰੂ ਤੇ ਡੋਰੀ ਸੁੱਟਦੇ। ਜਦੋਂ ਗੁਰਦੁਆਰੇ ਜਾਣਾ ਰੋਜ਼ ਸੰਗਤ ਕਰਨੀ ਸੰਗਤ ਕਰ ਤੇ ਗੁਰੂ ਤੇ ਡੋਰੀ ਸੁੱਟਦੇ ਗੁਰੂ ਤੇਰੇ ਰੋਗ ਖਤਮ ਕਰ ਦੇਗਾ। ਗਾਵਿਆ ਸੁਣਿਆ ਪਾਤਸ਼ਾਹ ਜੀ ਮਨ ਕਰਕੇ ਗਾ ਸੁਣ ਤੇ ਤੇਰੀਆਂ ਦੀਆਂ ਦੁੱਖਾਂ ਦੀਆਂ ਪੰਡਾਂ ਮੈਂ ਰੱਖ ਲਵਾਂਗਾ ਤੇ ਸੁੱਖਾਂ ਦੀਆਂ ਪੰਡਾਂ ਤੇਰੀ ਝੋਲੀ ਵਿੱਚ ਪਾਵਾਂ। ਗਾਵੀਏ ਸੁਣੀਏ ਮਾ ਰੱਖੀਏ ਪਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਕਰਕੇ ਆਪਾਂ ਜਿੰਨੇ ਵੀ ਬੈਠੇ ਆਪਾਂ ਸੁੱਖ ਲੈ ਕੇ ਜਾਣਾ। ਕੋਈ ਵੀ ਕੰਮ ਕਰਦੇ ਆਪਾਂ ਸੁੱਖ ਵਾਸਤੇ ਕਰਦੇ। ਇਸ ਕਰਕੇ ਇਹ ਬਾਣੀ ਜਿੰਨੇ ਵੀ ਆ ਸੁੱਖ ਦੇਣ ਵਾਲੇ ਦੁੱਖ ਨਹੀਂ। ਜੇ ਦੁੱਖ ਆ ਰਹੇ ਗਏ ਨੇ ਤੇ ਪਿਆਰੇ ਗੁਰੂ ਦੁੱਖ ਦੂਰ ਕਰ ਦਿੰਦੇ। ਸੋ ਆਓ ਇੱਕ ਸ਼ਬਦ ਪੜ੍ਹ ਕੇ ਫਿਰ ਆਪਾਂ ਪੰਜ ਕੁ ਮਿੰਟ ਸਿਮਰਨ ਕਰਾਂਗੇ ਤਾਂ ਕਿ ਇਸ ਪਰਿਵਾਰ ਦਾ ਬੱਚਿਆਂ ਦਾ ਭਲਾ ਹੋਏਗਾ। ਤੁਸੀਂ ਜਿੰਨੇ ਵੀ ਬੈਠੇ ਤੁਹਾਡਾ ਵੀ ਭਲਾ ਹੋਏਗਾ। ਸਿਮਰੋ ਸਿਮਰ ਸਿਮਰ ਦੁੱਖ ਪਾਓ ਕਾਲ ਕਲੇਸ਼ ਤਨ ਮਾਇ ਮਿਟਾਓ। ਸਿਮਰੋ ਜਾਨ ਸੰਬਰ ਇੱਕ ਨਾਮ ਜਪ ਅਗਣ ਤਨ ਕੇ ਸਿਮਰਨ ਦੀ ਗੱਲ ਕੀਤੀ। ਸੋ ਆਓ ਇੱਕ ਸ਼ਬਦ ਪੜ੍ਹ ਕੇ ਫਿਰ ਆਪਾਂ thank you.
ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਤੁਹਾਡਾ ਵੀ ਭਲਾ ਹੋਏਗਾ, ਸਾਡਾ ਵੀ ਭਲਾ, ਪਰਿਵਾਰ ਦਾ ਭਲਾ ਹੋਏਗਾ। ਪੰਜ ਮਿੰਟ ਆਪਾਂ ਗੁਰਮੰਤਰ ਦਾ ਅਭਿਆਸ, ਸੋ ਸਾਰਿਆਂ ਨੂੰ ਗੁਰਮੰਤਰ ਮਨ ਕਰਕੇ ਤਨ ਕਰਕੇ ਆਪਣੇ ਕੰਨਾਂ ਦੇ ਨਾਲ ਸੁਣਨਾ, ਅੰਤਰ ਗੁਰ ਅਰਾਧਨਾ ਜੇਵਾ ਜਾਪੁਰਨਾ ਨੇਤਰੀ ਸਤਿਗੁਰ ਪੇਸ਼ਨਾ ਸਰਵਣੇ ਸੁਣਨ। ਇਹ ਸਭ ਤੋਂ ਵੱਡੀ ਗੁਰਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੱਸ ਰਹੇ ਨੇ ਕਿ ਭਾਈ ਜਦੋਂ ਆਪਾਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਆਪਣੇ ਕੰਨਾਂ ਦੇ ਨਾਲ ਸੁਣਨਾ। ਜਦੋਂ ਆਪਾਂ ਕੰਨਾਂ ਦੇ ਨਾਲ ਸੁਣਾਂਗੇ ਬਾਣੀ, ਆਪਣੇ ਮੁੱਖ ਤੋਂ ਉਚਾਰ ਕੇ ਸੁਣਾਂਗੇ ਤੇ ਸਾਡਾ ਮਨ ਸੁਣੇਗਾ। ਜਦੋਂ ਤੀਸਰੀ ਆਵਾਜ਼ ਪਵੇਗੀ ਤੇ ਮਨ ਭਟਕੇਗਾ। ਇਹ ਯੁਕਤੀ ਹੈ। ਸਵਾਓ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਸਾਰੇ ਕਰਕੇ ਬਿਰਤੀਆਂ ਕਰੋ, ਰਸਾਂ ਦੇ ਨਾਲ ਪੰਜ ਮਿੰਟ ਆਪਾਂ ਗੁਰਮੁਖ ਦਾ ਅਭਿਆਸ ਕਰਨਾ। ਤੇਰਾ ਬਸ ਤੇਰਾ ਤੇਰਾ
ਨਾਨਕ ਲਈ ਧਿਆਏ ਫਿਰੰਗਰ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਕ੍ਰਿਸ਼ਨ ਕਹੇ ਰਿੱਠੇ ਸਭ ਗੁਰ ਜਾਏ ਤੇਗ ਬਹਾਦਰ ਸਿਮਰਿਆ ਘਰ ਨੰਗ ਦੇ ਆਵੇ ਧਾਏ ਸਾਹਿਬ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਉੱਡਿਆਂ ਦੀ ਓੜ ਨਿਆਸਰਿਆਂ ਦਾ ਆਸਰਾ ਜੁਗੋ ਜੁਗ ਅਟਲ ਤਖਤਾਂ ਤੇ ਸੁਭਾਜਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੇ ਸੱਜੇ ਹੋਏ ਦੀਵਾਨਾਂ ਦੀ ਸਮਾਪਤੀ ਹੋਈ ਹੈ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਅਲਾਹੀ ਦਰਗਾਹੀ ਬਾਣੀ ਦੇ ਕੀਰਤਨ ਗਾਇਨ ਹੋਏ ਉਠਾਇਆ ਹੋਏ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਗਾਇਨ ਕਰਦਿਆਂ ਸਰਵਣ ਕਰਦਿਆਂ ਸੱਚੇ ਪਾਤਸ਼ਾਹ ਥੋੜ੍ਹੀ ਮੱਤ ਹੋਣ ਕਰਕੇ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਜੀਵਾਂ ਕੋਲੋਂ ਜੀ ਕਿਰਪਾ ਕਰਨੀ ਤਰਸ ਕਰਨਾ ਸਾਰਿਆਂ ਨੂੰ ਮੁਆਫ਼ੀ ਬਖਸ਼ਿਸ਼ ਕਰੋ ਸਤਿਗੁਰੂ ਅਗਾਂਹ ਤੋਂ ਚੰਗੀ ਮਤਬੁੱਧ ਬਖਸ਼ਿਸ਼ ਕਰਨੀ ਆਪਣੇ ਦਲ ਘਰ ਦੀਆਂ ਸਮੁੱਚੀਆਂ ਸੇਵਾਵਾਂ ਆਪ ਲਈ ਜਾਣੀਆਂ ਨਾਮ ਸਿਮਰਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖਣੀ ਜੀ ਇਸ ਵੇਲੇ ਆਪ ਜੀ ਦੇ ਤਿਆਰੇ ਹੋਏ ਹਨ ਮੇਰਾ ਵਰਤਾਓ ਸੇਵਕਾਂ ਦੇ ਸਿਰ 'ਤੇ ਸਵਾਰ ਹੋ ਕਰਕੇ ਗੁਰਦੁਆਰਾ ਸਾਹਿਬ ਨੂੰ ਸੱਚੇ ਪਾਤਸ਼ਾਹ ਜੀ ਉਹ ਚਾਲੇ ਮਾਰਨ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਦੀ ਵਾਧ ਘਰ ਦੇ ਸਹਾਈ ਹੋਣਾ ਆਈ ਸੰਗਤ ਅਤੇ ਪਰਿਵਾਰ ਵਿੱਚ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 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 ਉੱਠਿਆ ਖੁਦਾ ਖੁਦਾ ਮੇਰੇ ਲਿਆ ਲਿਆ ਤੇਰਾ ਨਾਮ ਹਜ਼ਾਰਾਂ ਵਾਰੀ ਦਿਲ ਮੇਰਾ ਹੁਆ ਤੇਰਾ ਤੂੰ ਨਸ਼ਾ ਨਸ਼ਾ ਨੀ ਵਜਾਨ ਤੇਰੇ ਤੋਂ ਵਾਰੀ ਮੇਰੀ ਖੁਦ ਸੇ ਬੜੀ ਦੂਰੀ ਬਸ ਤੇਰੀ ਹੈ ਜੀ ਹਜ਼ੂਰੀ ਜ਼ਮਾਨਾ ਕਿਆ ਹੀ ਸਮਝੇਗਾ ਦਿਲ ਗਵਾਨਾ ਕਿਉਂ ਜ਼ਰੂਰੀ ਨੈਣਾ ਦਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ ਤੇ ਮੇਰੀ ਹੈ ਨਾ ਇਸ਼ਕ ਦੇ ਤੇਰੇ ਦੇ ਰੂਹ ਤੋਂ ਲੈਣਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ ਤੇ ਤੇਰੀ ਹੈ ਨਾ ਇਸ਼ਕ ਦੇ ਤੇਰੇ ਦੇ ਰੂਹ ਤੋਂ ਲੈਣਾ ਨੀ ਲੈਣਾ ਦਾ ਕਹਿਣਾ ਨਸ਼ਾ ਤੂੰ ਇੱਕ ਸਰ ਚੜ ਜਾਏ ਬਸ ਫਿਰ ਤੂੰ ਹੀ ਉੜਾਏ ਤੂੰ ਹੀ ਗਿਰਾਏ ਖੋਲ ਕੇ ਰੱਖ ਦੇ ਤੂੰ ਮੇਰੀ ਧੜਾਏ ਕੈਸੇ ਕਹੂੰ ਕਿਆ ਮੈਂ ਕਰੂੰ ਫੀਲ ਤੁਝੇ ਨਹੀਂ ਪਤਾ ਕਿ ਤੂੰ ਕਰੇ ਮੁਝੇ ਹੀ ਮੁਝੇ ਜਬ ਹੱਥ ਲਗਾਏ ਪਾਸ ਤੂੰ ਆਏ ਮੇਰਾ ਸਿਰ ਘੁੰਮੇ ਐਸਾ ਕਿਆ ਹੀ ਕਰ ਦੂੰ ਮੈਂ ਬੇਬੀ ਯੂਆਰ ਅ ਮੂਨ 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 ਬੇਬੀ ਯੂਆਰ ਅ ਵਾਈਬ 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 ਉਸ ਕੀ ਅਦਾਏ ਆਏ ਆਏ ਕੈਸੇ ਸਮਝ ਆਏ ਹਾਏ ਹਾਏ ਯੂ ਕੁਡ ਬ੍ਰਿੰਗ ਅ ਕਰੂ 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 sky 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 jona karna chaun mujhe se tu woh karaye hai naina da kehna ni assi tera mukhda dekhde rehna ni te meri hai na ishq de itr de rooh ko lena ni aaj tu bata de mainu sab soni hai dinner pehle ke chalu kab soni hai ਪਤਲੀ ਕਮਰ ਬੇਬੀ ਮੈਂ ਤੇਰਾ ਲਵਰ ਬੇਬੀ ਮੁਝਸੇ ਬਚਾ ਲੈ ਤੁਝੇ ਰੱਬ ਸੋਣੀਏ ਬੁੱਲੀਆਂ ਤੇ ਤੇਰੇ ਪਿੰਕ ਸ਼ੇਡ ਮਰ ਜਾ ਤੇਰੇ ਆਗੇ ਸਾਰੀਆਂ ਨੇ ਫੇਡ ਮਰ ਜਾ ਫਿਕਰ ਕਮਾਲ ਨੀ ਤੂੰ ਕਰਦਾ ਬਵਾਲ ਮੇਰੇ ਦਿਲ ਤੇ ਤੂੰ ਮਾਰ ਕੀ ਰੇਡ ਮਰ ਜਾ ਨੈਣਾ ਦਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ ਤੇ ਮੇਰੀ ਹੈ ਨਾ ਇਸ਼ਕ ਦੇ ਤੇਰੇ ਦੇ ਰੂਹ ਤੋਂ ਲੈਣਾ ਨੀ ਨੈਣਾ ਦਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ ਮੇਰੀ ਹੈ ਨਾ ਇਸ਼ਕ ਦੇ ਤੇਰੇ ਰੂਹ ਤੋਂ ਲੈਣਾ ਨੀ ਲੈਣਾ ਦਾ ਕਹਿਣਾ ਲੈਣਾ ਦਾ ਕਹਿਣਾ ਮੈਡਲ ਮੈਂ ਕੰਮ ਮੇਰੇ ਆਇਆ ਨਾ ਵਿਆਹ ਤੋਂ ਪਿੱਛੋਂ
ਖੁੱਲ ਕੇ ਹੈੜਿਆ ਜਿੱਦਾਂ ਵੀ ਕਦੇ ਪਾਇਆ ਨਾ ਪਾਇਆ ਨਾ ਇੱਕ ਮੇਰੇ ਦਿਓਰ ਦਾ ਖੰਡੂਰਾ ਅੜਿਆ ਇੱਕ ਮੈਨੂੰ ਜੇਠ ਜੀ ਦੀ ਖੰਗ ਮਾਰਦੀ ਹੈ ਅੰਦਰੋਂ ਤਾਂ ਨੱਚਣੇ ਨੂੰ ਕਰਦਾ ਏ ਜੀ ਉੱਤੋਂ ਉੱਤੋਂ ਜੱਟਾਂ ਮੈਨੂੰ ਸੰਗ ਮਾਰਦੀ ਹੈ ਅੰਦਰੋਂ ਤਾਂ ਨੱਚਣੇ ਨੂੰ ਕਰਦਾ ਏ ਜੀ ਉੱਤੋਂ ਉੱਤੋਂ ਜੱਟਾਂ ਮੈਨੂੰ ਸੰਗ ਮਾਰਦੀ ਸੋਹਣਿਆ ਉੱਤੋਂ ਮੈਨੂੰ ਲੱਗਦੀ ਜੋ ਠੰਡ ਮਾਰਦੀ ਅੰਦਰ ਤਾਂ ਮੇਰਾ ਨੱਚਣੇ ਨੂੰ ਕਰਦਾ ਏ ਜੀ ਉੱਤੋਂ ਉੱਤੋਂ ਜੱਟਾਂ ਮੈਨੂੰ ਸੰਗ ਮਾਰਦੀ ਹੈ ਅੰਦਰੋਂ ਤਾਂ ਨੱਚਣੇ ਨੂੰ ਕਰਦਾ ਏ ਜੀ ਉੱਤੋਂ ਉੱਤੋਂ ਜੱਟਾਂ ਮੈਨੂੰ ਸੰਗ ਮਾਰਦੀ ਮੈਨੂੰ ਵੀ ਪਿਆ ਦੇ ਕੋਕ ਵਿੱਚ ਪਾ ਕੇ ਤੂੰ ਆਪ ਪੈਗ ਲਾਈ ਜਾਂਦਾ ਵਾਰ ਵਾਰ ਵੇ ਗੁਜ਼ਰ ਚੜਦੀ ਲੱਕ ਜਦੋਂ ਪਤਲੀ ਪਤੰਗ ਮਾਰਦੀ ਅੰਦਰੋਂ ਤਾਂ ਮੇਰਾ ਨੱਚਣੇ ਨੂੰ ਕਰਦਾ ਏ ਜੀ ਉੱਤੋਂ ਉੱਤੋਂ ਜੱਟਾਂ ਮੈਨੂੰ ਸੰਗ ਮਾਰਦੀ ਅੰਦਰੋਂ ਤਾਂ ਮੇਰਾ ਨੱਚਣੇ ਨੂੰ ਕਰਦਾ ਏ ਜੀ ਉੱਤੋਂ ਉੱਤੋਂ ਜੱਟਾਂ ਮੈਨੂੰ ਸੰਗ ਮਾਰਦੀ ਹੈ ਅੰਦਰੋਂ ਤਾਂ ਨੱਚਣੇ ਨੂੰ ਕਰਦਾ ਏ ਜੀ ਮਿਕਸਿੰਗ ਇਨ ਦਾ ਹਾਊਸ ਸੁੱਟਣਾ ਕੀ ਨੋਟਾਂ ਦਾ ਤਾਂ ਜਣਾ ਖਣਾ ਸੁੱਟਦਾ ਕੰਗਣ ਤਵੀਤੀਆਂ ਤਾਂ ਹਰ ਕੋਈ ਪੁੱਛਦਾ ਮੈਨੂੰ ਪੁੱਛਦੇ ਨੂੰ ਆਵੇ ਬਿਲੋ ਸੰਗ ਨੀ ਪੁੱਛਦੇ ਨੂੰ ਆਵੇ ਬਿਲੋ ਸੰਗ ਨੀ ਨੱਚਦੀ ਤੋਂ ਕੀ ਵਾਰਾਂ ਦਿਲ ਵਾਰਦਾ ਜੇ ਹੋਵੇ ਰਜ਼ਾ ਮੰਦ ਨੀ ਨੱਚਦੀ ਤੋਂ ਕੀ ਵਾਰਾਂ ਦਿਲ ਵਾਰਦਾ ਜੇ ਹੋਵੇ ਰਜ਼ਾ ਮੰਦ ਨੀ ਨੱਚਦੀ ਤੋਂ ਕੀ ਵਾਰਾਂ ਪਵੀਰੀ ਕਰ ਹੋਰ ਨੀ ਤੂੰ ਲੰਡਨ ਹਲਾ ਦੇ ਆਪੇ ਹਿਲ ਜੂਲ ਹੋਰ ਨੀ ਪਤਲੇ ਜੇ ਲੱਕ ਨੂੰ ਪਵੀਰੀ ਕਰ ਹੋਰ ਨੀ ਲੰਡਨ ਹਲਾ ਦੇ ਆਪੇ ਹਿਲ ਜੂਲ ਹੋਰ ਨੀ ਲੰਡਨ ਹਲਾ ਦੇ ਆਪੇ ਹਿਲ ਜੂਲ ਤੇਰੀ ਹੀਰਿਆਂ ਤੋਂ ਵੱਧ ਹੋ ਜੂ ਮੰਗਨੀ ਹੀਰਿਆਂ ਤੋਂ ਵੱਧ ਹੋ ਜੂ ਮੰਗਨੀ ਨੱਚਦੀ ਤੋਂ ਕੀ ਵਾਰਾਂ ਦਿਲ ਵਾਰਦਾ ਜੇ ਹੋਵੇ ਰਜ਼ਾ ਮੰਗਨੀ ਨੱਚਦੀ ਤੋਂ ਕੀ ਵਾਰਾਂ ਲਿਖੇ ਤੇਰੇ ਤੇ ਮਨਦੀਪ ਮਾਂ ਵੀ ਛੰਦਨੀ ਤੇਰੇ ਤੇ ਮਨਦੀਪ ਮਾਂ ਵੀ ਛੰਦਨੀ ਨੱਚਦੀ ਤੋਂ ਕੀ ਵਾਰਾਂ ਦਿਲ ਵਾਰਦਾ